ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ, ਪਿੰਡ ਭਗਵਾਨਪੁਰ, ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਦੋਸਤੋ ਗੁਰਦਾਸਪੁਰ, ਕਮਲ ਭਾਈ ਦੇ ਘਰੋਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਤੇ ਅੱਗੇ ਵੀ ਇਸ ਘਰ ਦੇ ਵਿੱਚ ਜਿਹੜੀਆਂ ਤੁਹਾਨੂੰ ਵੀਡੀਓ ਵਿਖਾਈ ਦੀਆਂ ਵਾ। ਤੇ ਆਓ ਹੁਣ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਇਹਨਾਂ ਬਾਰੇ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਕੀ ਹਾਲ ਚਾਲ ਜੀ? ਠੀਕ ਠਾਕ ਜੀ। ਐਰਕੇ ਵਾਹਵਾ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ। ਹਾਂਜੀ, ਤੇ ਸਾਂਭਲੀਆਂ ਹੁਣ ਫਿਰ ਤੁਰੀਆਂ ਤੁਹਾਡੀਆਂ? ਠੀਕ ਹੈ ਜੀ। ਤੇ ਨਾਮ ਦੱਸ ਦਿਓ ਇੱਕ ਵਾਰੀ ਆਪਣਾ। ਨਾਮ ਕਮਲ ਜੀ। ਹਾਂਜੀ, ਪਿੰਡ ਭਗਵਾਨਪੁਰ ਤੇ ਜ਼ਿਲ੍ਹਾ ਗੁਰਦਾਸਪੁਰ, ਹੈ ਨਾ? ਕਿੰਨਾ ਪੈ ਜਾਂਦਾ ਆਪਣੇ ਡੇਰਾ ਬਾਬਾ ਨਾਨਕ? ਇੱਥੇ ਡੇਰਾ ਬਾਬਾ ਨਾਨਕ ਪੈ ਜਾਂਦਾ ਜੀ 15-16 ਕਿਲੋਮੀਟਰ। ਤੇ ਬਟਾਲਾ? ਬਟਾਲਾ 17-18 ਕਿਲੋਮੀਟਰ। ਕਲਾਨੌਰ ਵੀ ਲੱਗ ਗਈ ਆ, ਹੈ ਨਾ? ਕਲਾਨੌਰ ਵੀ ਲੱਗ ਗਈ, 7-8 ਕਿਲੋਮੀਟਰ। ਠੀਕ ਹੈ ਜੀ। ਤੇ ਫੋਨ ਨੰਬਰ ਬੋਲ ਦਿਓ ਇੱਕ ਵਾਰੀ ਆਪਣਾ। 85-95-08-82-83। ਠੀਕ ਆ। ਫਿਰ ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਗਾਂ ਬੱਜੀ, ਇੱਥੋਂ ਜਿਹੜੀ ਆਪਾਂ ਸ਼ੁਰੂਆਤ ਕਰਦੇ ਆ। ਕਿੰਨਵਾਂ ਸੁਬਾਹ ਸੂਈ ਵੀਰ ਜੀ? ਇਹ ਤੀਸਰੇ ਸੂਏ ਸੂਈ ਜੀ। ਤੀਸਰੇ ਸੂਬੇ ਸੂਈ ਤੇ ਕਿੰਨੇ ਦਿਨ ਹੋ ਗਏ ਜੀ ਸੂਈ ਨੂੰ? ਚਲੋ 10 ਕਰ ਜੂਗੀ, ਹੈ ਨਾ? ਠੀਕ ਹੈ, ਚਲੋ ਖੋਲੋ ਫਿਰ ਤੋਰ ਕੇ ਵਿਖਾਈਏ। ਹਵਾਨਾ ਦੋਸਤੋ ਜਿਹੜਾ ਇੱਕ ਵਾਰੀ ਤੁਸੀਂ ਇਹਦਾ ਦੇਖ ਸਕਦੇ ਜੀ, ਕਰੋਸ ਜਿਹੜੀ ਕਰੋਸ ਬਰੀਡ ਦੀ ਜਿਹੜੀ ਹੈ ਗਾਂ। ਹਾਂਜੀ ਵੀਰ ਜੀ, ਲੈ ਆਓ ਜੀ। ਇਹਦਾ ਜਿਹੜਾ ਮੁੱਲ ਹੁਣ ਆਪਾਂ ਪੁੱਛਦੇ ਹਾਂ ਵੀਰ ਜੀ ਉਹਨਾਂ ਤੋਂ, ਉਸ ਤੋਂ ਬਾਅਦ ਜਿਹੜੀ ਆ ਦੂਸਰੇ ਨੰਬਰ ਤੇ ਤੁਹਾਨੂੰ ਜਿਹੜੀ ਦਿਖਾਉਣੀ ਆ, ਆਹ ਦੇਖ ਸਕਦੇ ਜੀ ਥਣਾਂ ਦਾ ਸਾਈਜ਼ ਜਿਹੜਾ ਇੱਕ ਵਾਰੀ ਤੁਸੀਂ ਦੇਖ ਸਕਦੇ ਜੀ। ਅਤੇ ਆਹ ਜਿਹੜਾ ਇਹਦਾ ਮਗਰ ਵੱਛਾ ਆ ਗਿਆ। ਹਾਂਜੀ ਵੀਰ ਜੀ, ਫਿਰ ਮੁੱਲ ਆਪਾਂ ਦੱਸ ਦਈਏ ਜੀ ਇਹਦਾ। ਹਾਂਜੀ ਹਾਂਜੀ, ਮੁੱਲ ਵੀ ਦੱਸ ਦਿੰਦੇ। ਬਾਕੀ ਵੀਰ ਜੀ ਇਹ 12 ਲੀਟਰ ਵੀ ਕਰ ਸਕਦੀ ਹੈ, ਸੇਵਾ ਦਾ ਹੀ ਆ। ਅੱਛਾ ਜੀ, ਘਰੋਂ ਆਈ ਆ, ਜਾਣੀ ਕਿ ਉਹਦਾ ਠੰਡੀ ਠੁੰਡੀ ਬੜੀ ਆ, ਕੋਈ ਰਸੀ ਰੁਸੀ ਨਹੀਂ ਪਾਉਣੀ ਪੈਂਦੀ। ਅੱਛਾ ਜੀ, ਏਦਾਂ ਜਿੱਦਾਂ ਮਰਜ਼ੀ ਬੈਠੇ ਰਹੋ। ਠੀਕ ਹੈ ਜੀ। ਮੁੱਲ ਭਾਵੇਂ 22 ਕਰੀਏ ਭਾਵੇਂ 20 ਕਰੀਏ, 18,000 'ਚ ਛੋਟ ਕਰ। ਅੱਛਾ, 18,000 'ਚ ਛੋਟ ਕਰ ਦਿਓਗੇ? ਹਾਂਜੀ ਹਾਂਜੀ, 12 ਲੀਟਰ ਵਾਲੀ 18 'ਚ ਜੀ। ਵੈਸੇ 10 ਜਿਹੜਾ ਨੋਰਮਲ ਸੇਵਾ ਤੇ ਦਊਗੀ। ਹਾਂਜੀ ਹਾਂਜੀ, ਵਾਧੀ ਕਰੂਗੇ ਏਡੀ ਗਾਈ ਨੂੰ, 10-12 ਲੀਟਰ ਕੀ ਕਹਿੰਦਾ ਗਾਈਆਂ ਨੂੰ ਤੁਹਾਨੂੰ ਪਤਾ। ਠੀਕ ਹੈ ਜੀ, ਆਪਾਂ ਦੱਸਣਾ ਹੀ ਉਹਨਾਂ ਕੋ ਹੁੰਦਾ ਵਾ, ਬਹੁਤਾ ਆਪਾਂ ਲਿਫਾਫੇ ਛੱਡਦੇ ਨਹੀਂ ਤੁਹਾਨੂੰ ਪਤਾ। ਹਾਂਜੀ ਹਾਂਜੀ, ਨਾ ਵੇਖੇ ਸਾਡੀਆਂ ਇੱਥੇ ਵੇਖ ਜਾਂਦੀਆਂ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਆ ਜਿਹੜੀ ਦੂਸਰੇ ਨੰਬਰ ਤੇ ਹੁਣ ਫਿਰ ਆ ਪਹਿਲੇ ਸੁਆ ਜਿਹੜੀ ਵੈੜ ਸੋਣੀ ਆ, ਕਿੰਨੇ ਕੁ ਦਿਨ ਖੜਦੀ ਆ ਇਹ? ਵੀਰ ਜੀ 5 ਤਰੀਕ ਨੂੰ ਦਿਨ ਪੂਰੇ ਹੋਣੇ ਜੇ, ਤੇ 10 ਦਿਨ ਉੱਤੇ ਲੈ ਲੂਗੀ। 10 ਤੇ ਸੂਪੇ, 12 ਤੇ 15 ਤੇ ਇੱਥੇ ਕੀ ਸੂਪ ਤੇ, ਮਤਲਬ ਜਿੰਨੇ 12-13 ਦਿਨ ਖੜਨੇ ਆ। ਠੀਕ ਆ। ਤੇ ਕਿੰਨਾ ਕੁ ਦੁੱਧ ਕਰ ਜੂਗੀ ਇਹ? ਦੁੱਧ ਦੇ ਵੀ 8-10 ਕਿਲੋ ਕਰ ਦੂ, ਹੋ ਰਹੇ ਨੇ ਕਿਰਾ ਪਾਰ ਲੰਘਣਾ। ਅੱਛਾ ਜੀ, 8-10 ਲੀਟਰ ਜਿਹੜਾ ਨੋਰਮਲ ਇਹ ਕਰ ਜੂਗੀ। ਠੀਕ ਆ, ਲਿਆ ਖੋਲੋ ਫਿਰ ਇਹਨਾਂ ਵੀ ਤੋਰ ਕੇ ਵਿਖਾਈਏ ਜੀ। ਹਾਂ, ਜਿਹੜਾ ਤੁਸੀਂ ਇਹਦੇ ਬੋਡੀ ਬੋਡੀ ਵੇਟ ਤੇ ਸ਼ਾਈਨ ਜਿਹੜੀ ਇਹਦੀ ਬੋਡੀ ਦੀ ਵੇਖ ਸਕਦੇ ਜੀ। ਗਾਂ ਨੂੰ ਹਵਾਨਾ ਜਿਹੜਾ ਸੋਹਣਾ ਤਿਆਰ, ਤੇ ਪਛਾਣ ਨੂੰ ਹਵਾਨਾ ਜਿਹੜਾ ਹਲੇ ਤਿਆਰ ਕਰਨ ਦੀ ਹੈ, ਆਹ ਦੇਖ ਸਕਦੇ। ਹਾਂਜੀ, ਲੈ ਆਓ ਜੀ। ਅਜੇ ਦਿਨ 15 ਖੜਦੀ ਹੈ, ਤੇ ਉਸ ਹਿਸਾਬ ਨਾਲ ਜਿਹੜਾ ਹਵਾਨੇ ਦਾ ਤੁਸੀਂ ਅੰਦਾਜ਼ਾ ਲਗਾਇਆ। 5 ਤਰੀਕ ਨੂੰ ਵੀਰ ਜੀ ਹੋਣੀ ਕਹਿੰਦੇ ਕਿ ਇਹਦੇ ਦਿਨ ਪੂਰੇ ਆ। ਇਹਦਾ ਵੀ ਜਿਹੜਾ ਮੁੱਲ ਹੁਣ ਆਪਾਂ ਵੀਰ ਜੀ ਉਹਨਾਂ ਤੋਂ ਪੁੱਛ ਲੈਂਦੇ ਹਾਂ। ਹਾਂਜੀ ਵੀਰ ਜੀ, ਫਿਰ ਮੁੱਲ ਆਪਾਂ ਦੱਸ ਦਈਏ ਜੀ ਇਹਦਾ ਵੀ। ਹਾਂਜੀ ਹਾਂਜੀ ਵੀਰ ਜੀ, ਮੁੱਲ ਵੀ ਦੱਸ ਦਿੰਦੇ। ਕੀ ਵੀਰ ਜੀ, ਇਹਦੇ ਕੋਲ 15 ਦਿਨ ਹੈਗੇ ਇਹਦੇ ਸੂਣ 'ਚ। ਹਾਂਜੀ, ਇਹਨੂੰ ਦਵਾਈ ਦੁਈ ਚਾੜਿਆ, ਰੋਟੀ ਚਾਹ ਥਾਣ ਵੀ ਕੱਢ ਆਉਣਾ ਇਹਨੇ, ਹਜੇ ਪਛਮਾਸ਼ ਪਾਇਆ ਜਦੋਂ। ਹਾਂਜੀ, ਉਹ ਚੰਗੀ ਬਣ ਜਾਣਾ ਜੀ। ਠੀਕ ਹੈ ਜੀ। ਬਾਕੀ ਅੱਜ ਹੀ ਆਈ ਆ, ਮੈਨੂੰ ਹਾਲੀ ਲੁਲੀ ਨਹੀਂ, ਇਸੇ ਚੱਕਰ 'ਚ ਉੱਦਾਂ ਹੀ ਰੱਸੀ ਪਾ ਛੁੜੀ ਆ। ਅੱਛਾ ਜੀ। ਹਾਂਜੀ ਹਾਂਜੀ, 12 ਵਜੇ ਆਈ ਜੀ। ਠੀਕ ਹੈ ਜੀ। ਹਾਂਜੀ ਹਾਂਜੀ, ਮੁੱਲ ਵੀਰ ਜੀ ਦਾ ਮੈਂ 25 ਕਰੀਏ, 26 ਕਰੀਏ, 23,000 'ਚ ਛੋਟ ਕਰ ਦਾਂਗਾ। 23,000 'ਚ ਛੋਟ ਕਰ ਦਿਓਗੇ? ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਮੱਛੀ ਹੈ ਜੀ। ਤੇ ਦੁੱਧ ਕਿੰਨਾ ਦੱਸਿਆ ਇਹ ਕਰ ਜੂਗੀ? ਦੁੱਧ ਇਹੋ 10 ਲੀਟਰ ਤੇ ਨਾਰਮਲ ਕਰੂਗੀ, ਕਰੂਗੀ ਨਾ, ਗਾਈਆਂ ਇੰਨਾ ਕਿ ਤੇ ਕਰ ਹੀ ਦਿੰਦੇ, ਵੱਧ ਵਧਾ ਲੈ ਕੋਈ ਜਿੰਨੀ। ਅੱਛਾ ਜੀ, ਘੱਟ ਤੋਂ ਘੱਟ ਕਿੰਨਾ ਕਰੂਗੀ? ਕਰੂਗੀ। ਹਾਂਜੀ ਹਾਂਜੀ ਹਾਂਜੀ। ਠੀਕ ਆ। ਆ ਹੁਣ ਤੀਸਰੇ ਨੰਬਰ ਤੇ ਇੱਕ ਝੋਟੀ ਜਿਹੜੀ ਤੁਹਾਨੂੰ ਹੁਣ ਬੜੀ ਸੋਹਣੀ ਦਿਖਾਉਣੀ ਆ, ਆ ਦੇਖ ਸਕਦੇ ਜੀ।
ਵੀਰ ਜੀ ਪਹਿਲਾ ਸੁਵਾਈ ਸੂਈ ਲੱਗਦੀ ਹੈ? ਹਾਂ ਜੀ ਪਹਿਲਾ ਸੁਵਾਈ ਹੋਈ ਹੈ। ਅੱਛਾ ਜੀ, ਕਿੰਨੇ ਦਿਨ ਹੋ ਗਏ ਜੀ ਸੂਈ ਨੂੰ? ਸੂਈ ਨੂੰ ਇਹ ਪਰਸੋਂ ਕੱਲ ਸੂਈ ਜੀ ਸਵੇਰੇ। ਅੱਛਾ ਜੀ, ਹਾਂ 7-8 ਵਜੇ। ਠੀਕ ਹੈ ਜੀ, ਛੁੱਟੀ ਹੋਣੀ ਹੈ ਜੀ। ਜਰਜੂ ਰੋਕ ਕੇ ਪਾਤੀ ਫਿਰ ਸਰ? ਗਰੰਟੀ ਸਾਡੀ ਹੈ। ਤੁਹਾਡੇ ਘਰੇ ਸੂਈ ਹੈ? ਹਾਂ ਜੀ, ਹਾਂ ਜੀ, ਸਾਡੇ ਘਰੇ ਸੂਈ। ਠੀਕ ਹੈ। ਤੇ ਬੋਲਾ ਹੁਣ ਫਿਰ ਚਵਾਚ ਉਹ ਕਿਦਾਂ ਦਾ ਨਿਕਲਿਆ ਇਹਦਾ? ਬੋਲਾ ਇਹ ਤਾਂ ਤੁਹਾਡਾ ਤੁਰੇ ਹੁੰਦੀ ਹੈ, ਪਹਿਲਾਂ ਦੇ ਤੁਹਾਨੂੰ ਪਤਾ ਬੋਲਾ ਕਿੰਨਾ ਕੋਣਾ, 5-6 ਲੀਟਰ ਹੋਣਾ। ਹਾਂ ਜੀ। ਤੇ ਕਿੰਨਾ ਕ ਕਰ ਜੇ ਦੁੱਧ? ਦੁੱਧ ਇਹੋ ਜੀ 9-10 ਕਿਲੋ ਜੀ। 9-10 ਲੀਟਰ ਕਰ ਜੋਗੇ? ਆਰਾਮ ਨਾਲ, ਆਰਾਮ ਨਾਲ। ਠੀਕ ਹੈ। ਬਾਕੀ ਠੰਡੀ ਬੜੀ ਨਿਕਲੀ ਨੇ ਤੇ ਪਹਿਲਣਾ 10-10 20 ਦਿਨ ਕਾਬੂ ਨਹੀਂ ਆਉਂਦੀਆਂ। ਅੱਛਾ, ਠੰਡੀ ਆ ਇਹ? ਬਹੁਤ ਠੰਡੀ ਆ। ਰੱਸੀ ਪਾ ਕੇ ਚੁੰਦੇ ਕਿ ਉਤਰੇ? ਨਾ ਨਾ, ਇਦਾਂ ਇਹਨੂੰ ਕਦੀ ਰੱਸੀ ਪਾਉਣੀ ਮਾਜ ਨੂੰ ਬੱਚਾ ਇਹਨਾਂ ਤਾਂ ਨਹੀਂ ਹੋਣਾ। ਠੀਕ ਹੈ ਜੀ। ਹਾਂ ਜੀ, ਹਾਂ ਜੀ। ਬੱਚਾ ਵੇਖ ਸਕਦੇ ਜਿਹੜਾ ਲਾਤਾ ਮਗਰ ਕੀ ਆ ਗਿਆ ਇਹਦੇ? ਮਗਰ ਕੱਟੀ ਜੇ? ਮਗਰ ਕੱਟੀ ਆ ਜੀ। ਹਾਂ ਜੀ, ਹਾਂ ਜੀ। ਥਣਾ ਦਾ ਸਾਈਜ਼ ਜਿਹੜਾ ਇੱਕ ਵਾਰੀ ਤੁਸੀਂ ਇਹਦਾ ਦੇਖ ਸਕਦੇ ਜੀ। ਹਾਂ, ਦੇਖ ਸਕਦੇ ਜੀ। ਥੋੜ੍ਹੀ ਥੋੜ੍ਹੀ ਔਲ ਜਿਹੜੀ ਇਹ ਥੋੜ੍ਹਾ ਥੋੜ੍ਹਾ ਕਰਦੀ ਹੈ, ਮਾੜਾ ਮੋਟਾ ਜਿਹੜਾ ਪਹਿਲਾਂ ਡੰਗਰ ਫਿਰ ਤੁਹਾਨੂੰ ਪਤਾ ਹੀ ਆ। ਬਾਕੀ ਧਾਰ ਜਿਹੜੀ ਤੁਸੀਂ ਇਹਦੀ ਦੇਖ ਸਕਦੇ ਜੀ। ਟਾਈਮ ਟੂਮ ਦਾ ਵੀ ਹੋ ਜਾਂਦਾ ਨਾ ਜੀ? ਹਾਂ ਜੀ, ਹਵਾਨਾ ਜਿਹੜਾ ਪਿੱਛੇ ਤਾਂ ਤੁਸੀਂ ਦੇਖ ਸਕਦੇ ਜੀ, ਪਹਿਲਾ ਸੂਆ ਜਿਹੜਾ ਹਲੇ ਸੂਹੀ ਆ ਤੇ ਧਾਰਾ ਮਾਰ ਕੇ ਤੁਹਾਨੂੰ ਜਿਹੜੀਆਂ ਨੇ ਦਿਖਾ ਤੀਆਂ। ਹਾਂਜੀ, ਲੈ ਜਾ ਵੀਰ ਜੀ। ਇਹਦਾ ਜਿਹੜਾ ਮੁੱਲ ਹੁਣ ਪੁੱਛਦੇ ਆਪਾਂ ਜੀਹਨਾਂ ਤੋਂ ਕੀ ਮੁੱਲ ਕਰਨਾ। ਹਾਂਜੀ ਵੀਰ ਜੀ, ਫਿਰ ਮੁੱਲ ਆਪਾਂ ਇਹਦਾ ਵੀ ਦੱਸ ਦਈਏ ਜੀ। ਮੁੱਲ ਤਾਂ ਵੀਰ ਜੀ ਤੁਹਾਨੂੰ ਪਤਾ ਵੀ ਚਲੋ ਦੁੱਧ ਤਾਂ ਲਿਆਉਣੀ ਪੈਣੀ ਛੋਟੀ ਜਿਹੀ, ਮੈਲਾ ਮੁਲਾ ਮਾਰੂਗੀ ਤੇ ਕੱਲ੍ਹ ਦੀ ਸੂਈ ਆ। ਹਾਂਜੀ, ਮੁੱਲ ਜੇ ਇਹਦੇ ਹੁਣ ਨਾ ਵਿਕੀ ਅਗਲੀ ਵੀਡੀਓ 'ਚ ਵਿਕੀ ਦੁੱਧ ਅੱਧ ਹੋ ਗਿਆ ਕੋਈ 10 ਲੀਟਰ। ਅੱਛਾ ਜੀ, ਫਿਰ ਤੇ ਕਰਾਂਗੇ 70-75 ਹਜ਼ਾਰ। ਅੱਛਾ ਜੀ, ਹੁਣ 65 ਕੱਟ ਕੇ ਤੇ ਬਾਹਰ 'ਚ ਛੋਟ ਕਰਨਾਗੇ। ਅੱਛਾ ਜੀ, ਬਾਹਰ 'ਚ ਛੋਟ ਕਰੋਗੇ ਹਲੇ? ਹਾਂਜੀ, ਝੋਟਾ ਝੋਟੀ ਉਹਦਾ 70-75 ਹਜ਼ਾਰ ਦੀ ਹੈਗੀ ਆ। ਅੱਛਾ ਜੀ, ਹਾਂਜੀ, ਹਾਂਜੀ, ਠੀਕ ਹੈ ਜੀ। ਚਾਰ ਦੇ ਹਿਸਾਬ ਨਾਲ ਮਗਰ ਵੀ ਕੱਟੀਏ। ਆ ਹੁਣ ਤੀਸਰੇ ਨੰਬਰ ਵਾਲੀ, ਚੌਥੇ ਨੰਬਰ 'ਤੇ ਜਿਹੜੀ ਮੱਝ ਇੱਕ ਤੁਹਾਨੂੰ ਦਿਖਾਉਣੀ ਆ, ਇਹਦੀ ਵੀ ਜਿਹੜੀ ਜਾਣਕਾਰੀ ਆਪਾਂ ਵੀਰ ਜੀ ਉਹਨਾਂ ਤੋਂ ਲੈਂਦੇ ਹਾਂ। ਹਾਂਜੀ ਵੀਰ ਜੀ, ਫਿਰ ਆ ਜਿਹੜੀ ਤੀਸਰੇ ਨੰਬਰ 'ਤੇ ਆ ਚੌਥੇ ਨੰਬਰ 'ਤੇ ਆਪਾਂ ਜਿਹੜੀ ਮੱਝ ਹੁਣ ਵਿਖਾਉਣੀ ਆ, ਕਿੰਨੇ ਵਾਂ ਸੁਬਾਹ ਸੂਈ ਆ? ਤੀਸਰਾ ਸੁਬਾਹ ਸੂਈ ਆ। ਤੇ ਕਿੰਨੇ ਦਿਨ ਹੋ ਗਏ ਜਿਹਨੇ ਸੂਈ ਨੂੰ? ਪਰਸੋਂ ਸੂਈ ਆ, ਕੱਲ ਸੂਈ ਆ। ਅੱਛਾ ਜੀ, ਇਹ ਵੀ ਤਾਜ਼ੀ ਹੈ ਨਾ, ਨਾੜੂ ਬੱਚੇ ਦੇ ਨਾਲ ਹੀ ਆ ਤੇ ਮਗਰ ਵੀ ਕੱਟੀ ਆ ਇਹਦੇ। ਤੇ ਇਹ ਕਿੰਨੇ ਵਾਂ ਸੁਬਾਹ ਸੂਈ ਆ? ਤੀਸਰਾ ਸੁਬਾਹ ਸੂਈ ਆ। ਤੇ ਦੁੱਧ ਕਿੰਨਾ ਕੁ ਹੁਣ ਕੋਲ ਜੇ ਇਹਦੇ? ਦੁੱਧ ਇਹਦੇ ਵੀ ਗੋਲਾ ਹੀ ਹੋਣਾ 5-6 ਲੀਟਰ ਕੋਈ। ਤੇ ਕਿੰਨਾ ਵੀ ਇੰਨਾ ਹੀ 9-10 ਕਿਲੋ ਕਰਨਾ ਜੀ? 9-10 ਕਿਲੋ ਕਰੂਗੀ ਤੇ ਇਹਦੀਆਂ ਵੀ ਧਾਰਾਂ ਮਾਰ ਕੇ ਵਿਖਾ ਰਹੀ ਹੈ ਫਿਰ ਇੱਕ ਵਾਰੀ? ਠੀਕ ਹੈ ਜੀ। ਹਾਂ, ਦੇਖ ਸਕਦੇ ਕੱਟੀ ਜਿਹੜੀ ਵੀਰ ਜੀ ਉਹਨਾਂ ਨੇ ਥੱਲੇ ਲਾਤੀ ਆ। ਥਣਾ ਦਾ ਸਾਈਜ਼ ਜਿਹੜਾ ਇੱਕ ਵਾਰੀ ਤੁਸੀਂ ਦੇਖ ਸਕਦੇ ਜੇ। ਹਾਂਜੀ ਵੀਰ ਜੀ, ਮਾਰ ਦਿਓ ਜੀ ਧਾਰਾਂ ਇਹਦੀਆਂ। ਬਹੁਤ ਪੋਲੀ ਧਾਰ ਆ। ਅੱਛਾ ਜੀ, ਹਾਂ ਦੇਖ ਸਕਦੇ ਆ। ਹਾਂਜੀ ਠੀਕ ਹੈ ਵੀਰ ਜੀ, ਲਿਆ ਖੋਲੋ, ਇਹਨੂੰ ਵੀ ਤੋੜ ਕੇ ਵਿਖਾਈਏ ਇੱਕ ਵਾਰੀ। ਦੇਖ ਸਕਦੇ ਜੀ ਹਵਾਨਾ ਜਿਹੜਾ ਇੱਕ ਵਾਰੀ ਤੁਸੀਂ ਇਹਦਾ ਦੇਖ ਸਕਦੇ ਜੀ। ਹਾਂਜੀ, ਆ ਜਾਓ ਲੈ ਆਓ ਜੀ। ਲੈ ਜਾਓ, ਲੈ ਜਾਓ ਅੰਦਰ। ਇਹਦਾ ਵੀ ਜਿਹੜਾ ਮੁੱਲ ਹੁਣ ਆਪਾਂ ਵੀਰ ਜੀ ਉਹਨਾਂ ਤੋਂ ਪੁੱਛਾਂਗੇ ਕੀ ਮੁੱਲ ਕਰਨਾ। ਬਾਕੀ ਜਿਹੜਾ ਬੋਡੀ ਵੇਟ ਤੁਸੀਂ ਇਹਦਾ ਦੇਖ ਸਕਦੇ ਜੇ, ਸੋਹਣਾ ਬੋਡੀ ਵੇਟ ਆ। ਹਾਂਜੀ ਵੀਰ ਜੀ, ਫਿਰ ਮੁੱਲ ਆਪਾਂ ਇਹਦਾ ਵੀ ਦੱਸ ਦਈਏ ਜੀ। ਮੁੱਲ ਜਨਾਬ ਸੱਚ ਕਰੀਏ। ਅੱਛਾ ਜੀ, 57 ਹਜ਼ਾਰ 'ਚ ਛੋਟ ਕਰ ਦਾਂਗੇ। 57 ਹਜ਼ਾਰ 'ਚ ਛੋਟ ਖੁੱਲ੍ਹੀ ਕਰ ਦਾਂਗੇ। ਛੋਟ ਖੁੱਲ੍ਹੀ ਕਰ ਦੋਗੇ? ਅੱਛਾ, ਸਾਰਿਆਂ 'ਚ ਖੁੱਲ੍ਹੀ ਛੋਟ ਕਰ ਦੇ। ਠੀਕ ਹੈ ਜੀ। ਹਾਂਜੀ ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ ਚਾਹੋਗੇ ਜੀ? ਬਸ ਜੀ, ਹਾਂਜੀ ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਹਾਂਜੀ, ਬਾਕੀ ਤਸੱਲੀ ਕਰੇ ਜਿਹੜਾ ਵੀ ਕੋਈ ਆਣ ਕੇ ਆਪਣੀ। ਠੀਕ ਹੈ ਜੀ, ਆਪਾਂ ਤੁਹਾਨੂੰ ਪਹਿਲਾਂ ਦੱਸੀਦਾ ਵੀ ਆਪਾਂ ਕਰ ਆਉਂਦੇ ਹਾਂ, ਪੈਸੇ ਦੇ ਆਉਂਦੇ ਹਾਂ, ਕੋਈ ਚੱਕਰ ਨਹੀਂ ਕਿ ਜਿਹਦੇ ਕਰਮਾਂ 'ਚ ਹੋਈ ਉਹਨੇ ਖੜਨੀ ਆ। ਠੀਕ ਹੈ ਜੀ, ਹਾਂਜੀ ਹਾਂਜੀ। ਆ ਦੇਖ ਸਕਦੇ ਵੀਰ ਜੀ ਉਹਨਾਂ ਨੇ ਦੱਸਿਆ ਜਿਸ ਤਰ੍ਹਾਂ ਕਿ ਅਸੀਂ ਲਿਆਂਦੀਆਂ ਵਾ ਪੈਸੇ ਦੇ ਕੇ ਅਤੇ ਅਸੀਂ ਆਪਣੀ ਤਸੱਲੀ ਕਰਕੇ ਲਿਆਏ ਹਾਂ,
ਤੇ ਹੁਣ ਤੁਸੀਂ ਵੀ ਪੈਸੇ ਦੇ ਕੇ ਖੜਨੀ ਆ ਤੇ ਤੁਸੀਂ ਵੀ ਆਪਣੀ ਤਸੱਲੀ ਕਰਕੇ ਖੜੋ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।